आए हाय, लगदा फिर नहीं काम ते गया अज। ओदा घूम के ते आ गया वा। विचोले ने पता नहीं किरे वेले ने व्याहता मैनू। इहदा ते काम करन दा जी नहीं करदा हैगा। ओदा शुक्र आ परमात्मा दा निक्का हैगा ते ओदी तनखाह ते सरी जांदा वा, नहीं ते मैं घर दा गुजारा कित्थों करना सी। की करां मैं इहदा, की सोच जाना पानी पी ला। अभी तनखा नू ते वावा ही देने पए हजे, ते मैं सोचदा पिया भी अज इन्नी सेवा पानी भी कोसा मिल दिया मैनू। जे तू भी इदां दीआं गल्लां करनी है ना, चल जानी मैं फिर अपने पेके। बैठ रहे हो बाद च दोनों जने, रोटी पकाउण वाली नहीं कोई मिलनी तुहानू बाद च। मैं ही जिहड़ी कट्टी जानी टाइम। अभी ये गल्लां किदां नहीं करन दिया भई, तू ते एवें कमल माड़ी जान दई। मेरा यह मतलब थोड़ा कहन दा। चल ठीक है ठीक है, पीला पानी। नाल मैं सोचनी आप एक कोठा और पा लेना है, तो अपनी रिश्तेदारी हो ना वधिया जिहा साक कराऊंगी मैं तेरा। रिश्ता तो भाभी मैं तेरी मर्जी ने ही करावांगा, मेरे वास्ते केरी कोई डोली तैयार करके बैठी है। आहो तो गल ठीक आ, पर जमाना बड़ा खराब है ना अजकल। तेनों तो पता ही अजकल उदो पता लगता जो विह करा के घर आ जाते हैं, तो बाद कह दी ना ही कोर्ट मैरिज करा ली है, ता करके कह नहीं मैं। अज तो 5 तरीक है, तो अज तो मेरे दिन तनखा मिलनी सुख नाल, आंदियां नूं पानी पूनी गर्म करके रख दी उहदे लई। हाँ जल्दी जल्दी काम करा मैं। अल्ला पानी इन्ना टाइम लाता अज। अभी तेनू पता ही अज ना तनखा मिलनी। हाँ। तो बहुआ सद्या ही अज, बहुआ तनखा देने का टाइम ही बड़ा लाता अज। अच्छा चल ठीक है, तू मुँह हाथ धोला तो फिर मैं अपने देवर रास्ते गरम गरम रोटी बना के लियानी है। ठीक है भाभी। ਭਾਬੀ ਭਾਬੀ ਪੈਸੇ ਕੱਢ ਵੀ ਲਏ ਤੇ ਮੈਂ ਤਾਂ ਕੱਢਿਆ, ਕਿਤੇ ਗਵਾ ਲੇਗਾ ਭਾਬੀ। 500 ਰੁਪਈਏ ਤਾਂ ਰਹਿੰਦੇ ਰਹੇ ਮੇਰੇ ਖਰਚੇ ਵਾਸਤੇ। ਵੈਸੇ ਹੈ ਕਿੰਨਾ ਕੀ ਪੈਸੇ? 5000 ਰੁਪਈਆ ਸੀ। 5000 ਤੇ 2000 ਦੁੱਧ ਵਾਲੇ ਦਾ, 2000 ਬਿਜਲੀ ਵਾਲੇ ਦਾ, 2000 ਹੱਟੀ ਵਾਲੇ ਦਾ, 6000 ਬਣਦਾ ਪਿਆ ਵਾ। ਤੂੰ ਸਗੋਂ ਮੈਨੂੰ ਦੇ 1000 ਰੁਪਈਆ, ਮੈਂ ਤੈਨੂੰ 500 ਕਿੱਥੋਂ ਦੇ ਦਾਂ? ਭਾਬੀ ਵੱਡੇ ਕੋਲ ਵੀ ਕੁਛ ਲੈ ਲਿਆ ਕਰੋ, ਸਾਰਾ ਭਾਰ ਮੇਰੇ ਸਿਰ ਤੇ ਹੀ ਆ, ਉਹ ਨਹੀਂ ਘਰੋਂ ਰੋਟੀ ਖਾਂਦਾ। ਫਿਰ ਉਹ ਗੱਲਾਂ, ਮੈਂ ਤੈਨੂੰ ਕਿਹਾ ਨਾ ਮੈਨੂੰ ਉੱਥੋਂ ਕੋਈ ਉਮੀਦ ਨਹੀਂ ਹੈਗੀ, ਆਸ ਦਾ ਮਾਰਿਆ ਹੈਗਾ ਉਹ, ਕੰਮ ਕਿਤੇ ਉਹ ਕਰਦਾ ਨਹੀਂ ਆ। ਜੇ ਤੂੰ ਵੀ ਇੱਦਾਂ ਦੀਆਂ ਗੱਲਾਂ ਕਰਨੀਆਂ ਨਾ, ਮੈਂ ਚੱਲ ਜਾ ਨਾ ਫਿਰ ਆਪਣੇ ਪੇਕੇ, ਅਤੇ ਦੋਵੇਂ ਜਣੇ ਬਹਿ ਕੇ ਫਿਰ ਚੁੱਲ੍ਹੇ 'ਚ ਮਾਰ ਦੇ ਰਹੇ ਫੁੱਕਾ। ਲੈ ਭਾਬੀ ਤੂੰ ਤਾਂ ਗੁੱਸਾ ਹੀ ਕਰ ਗਈ, ਕੋਈ ਨਹੀਂ ਮੈਂ ਸਾਰ ਲਾਂਗਾ ਆਪੇ। ਚੱਲ ਠੀਕ ਆ। ਸਾਨੂੰ ਸੈਲਰ 'ਤੇ ਲੱਗੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ? ਸੈਲਰ 'ਤੇ ਪ੍ਰਧਾਨ 5 ਸਾਲ ਹੋ ਗਏ ਆ। 5 ਸਾਲ ਸੈਲਰੀ ਤਾਂ ਫਿਰ ਚੰਗੀ ਮਿਲੀ ਜਾਂਦੀ ਹੋਣੀ ਆ। ਇਹੋ ਹੀ ਆ ਬਸ, ਕੋਈ 7-8 ਹਜ਼ਾਰ ਮਿਲ ਜਾਂਦਾ ਸਿਰਫ। ਹਾਂ ਅਤੇ ਵਿਆਹ ਵੀ ਉਹਦਾ ਕੀ ਸੋਚਿਆ ਜੀ ਫਿਰ? ਵਿਆਹ ਦਾ ਕੀ ਸੋਚਣਾ ਹੈ ਭਾਬੀ, ਹੁਣ ਇਹੀ ਗੱਲ ਕਰਨੇ ਇੱਕ ਤਾਂ। ਅੱਛਾ ਉਹਨਾਂ ਹੀ ਕਰਨਾ ਤੈਨੂੰ ਪਤਾ। ਅਤੇ ਨਾਲੇ ਮੋਟਰਸਾਈਕਲ ਰੱਖ, ਮੋਟਰਸਾਈਕਲ 'ਤੇ ਜਾਇਆ ਆਇਆ ਕਰ ਵੀ ਕੰਮ 'ਤੇ ਵੀ, ਅਤੇ ਨਾਲੇ ਘਰ 'ਚ ਵੀ ਬੈਠਕ ਬਣਾ ਵਧੀਆ ਸੋਹਣੀ, ਉਮਰ ਨਿਕਲਦੀ ਜਾਣ ਡੀ ਆ, ਇੱਦਾਂ ਗਾਂਹ ਤੈਨੂੰ ਕਿਸੇ ਨੇ ਕੁੜੀ ਵੀ ਨਹੀਂ ਉਹ ਦੇਣੀ ਹੈਗੀ। ਚੱਲ ਕੋਈ ਗੱਲ ਨਹੀਂ ਪ੍ਰਧਾਨ, ਹੌਲੀ ਹੌਲੀ ਸਭ ਕੁਝ ਬਣ ਜਾਣਾ, ਬੈਠਕ ਵੀ ਪੈ ਜਾਏਗੀ, ਮੋਟਰਸਾਈਕਲ ਵੀ ਆ ਜਾਣਾ। ਜੇ ਤੂੰ ਕਹਿੰਦਾ ਵਾ ਤਾਂ ਮੇਰੇ ਕੋਲ ਇੱਕ ਰਿਸ਼ਤਾ ਹੈਗਾ ਜੀ। ਅੱਛਾ ਜੇ ਤੇਰੇ ਮਨ ਦੀ ਵਿਚਾਰ ਆ ਤਾਂ ਮੈਂ ਉਹਨਾਂ ਨਾਲ ਗੱਲ ਤੋੜਾਂ ਕੁੜੀ ਵਾਲਿਆਂ ਨਾਲ। ਤੂੰ ਤੋੜ ਹੈ ਗੱਲ ਪ੍ਰਧਾਨ,
ਬਾਕੀ ਭਾਬੀ ਦੀ ਜਿਹੜੀ ਗੱਲ ਆ ਨਾ ਉਹ ਮੈਂ ਆਪੇ ਵੇਖ ਲਾਂਗਾ। ਚੱਲ ਠੀਕ ਆ, ਫਿਰ ਮੈਂ ਸਵੇਰੇ ਤੁਹਾਡੇ ਘਰੇ ਆਉਂਦਾ ਵਾਂ। ਚੱਲ ਠੀਕ ਆ। ਠੀਕ ਆ ਸੋਨੂੰ ਘਰੇ ਹੀ ਆ, ਆ ਜਾ ਆ ਜਾ, ਸਾਰੇ ਘਰੇ ਹੀ ਆ। ਵੱਡੇ ਭਾ ਆਈ ਦੋ ਮਿੰਟ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਬਸ ਵਧੀਆ, ਤੁਸੀਂ ਦੱਸੋ ਜੀ। ਬਸ ਵਧੀਆ ਵਧੀਆ। ਹਾਂਜੀ, ਕਿੱਧਰ ਆਉਣਾ ਹੋਇਆ ਜੀ? ਮੈਂ ਤੇ ਤਾਂ ਆਇਆ ਸੀ, ਸੋਨੂੰ ਦਾ ਰਿਸ਼ਤਾ ਹੈਗਾ ਮੇਰੀ ਤੱਕ 'ਚ ਇੱਕ। ਹਾਂ ਰਿਸ਼ਤਾ ਕਰਾਓ, ਵੈਸੇ ਵੀ ਉਮਰ ਹੋਈ ਵਿਆਹ ਦੀ ਹੋਣੀ ਜੀ। ਕਿਹਦਾ ਰਿਸ਼ਤਾ ਕਰਾਈ ਜਾਂਦੇ ਜੇ? ਰਿਸ਼ਤਾ ਸੋਨੂੰ ਵੀਰ ਦਾ ਜੀ। ਅੱਛਾ। ਕੁੜੀ ਤੇ ਬੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਆ, ਪਰ 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 ਕੀ ਕੀ ਪਰ ਕੁੜੀ ਪਹਿਲਾਂ ਵਿਆਹੀ ਸੀ। ਹੈਂ, ਇਹ ਤੁਸੀਂ ਕੀ ਕਹਿੰਦੇ ਭਾਜੀ? ਕੁੜੀ ਵਿਆਹੀ ਹੋਈ ਆ? ਮੈਂ ਨਹੀਂ ਆਪਣੇ ਦੌਰ ਦਾ ਵਿਆਹ ਉੱਥੇ ਕਰਨਾ। ਜੇ ਰਿਸ਼ਤਾ ਕਰਾਉਣਾ ਨਾ ਚੰਗੀ ਜਗ੍ਹਾ ਕਰਾਓ, ਕਿਤੇ ਕੁਆਰੀ ਕੁੜੀ ਲੈ ਕੇ ਆਓ ਕਈ ਇਹਦੇ ਵਾਸਤੇ ਰਿਸ਼ਤਾ। ਇਹ ਕਿਦਾਂ ਦੇ ਰਿਸ਼ਤੇ ਕਰਾਈ ਜਾਂਦੇ ਜੇ ਤੁਸੀਂ? ਹਜੇ ਉਮਰ ਕਿੰਨੀ ਕੁ ਹੋਈ ਉਹਦੀ? ਵੇਖ ਲਓ, ਸੋਚ ਵਿਚਾਰ ਕੇ 30 ਤੋਂ ਪਹਿਲਾਂ ਟੱਪਿਆ ਫਿਰ ਡੰਡਿਆ, ਅਤੇ ਆਪਣੇ ਕੋਲ ਜ਼ਮੀਨ ਵੀ ਨਹੀਂ ਹੈਗੀ। ਵੇਖ ਲਓ ਵਿਚਾਰ ਕਰਕੇ, ਰਿਸ਼ਤੇ ਅੱਜ ਕੱਲ੍ਹ ਮਿਲਦੇ ਕਿੱਥੇ ਆ? ਬਾਕੀ ਵੇਖ ਲਓ ਆਪਣਾ ਸੋਚ ਕੇ। ਵੀਰ ਜੀ ਜੋ ਮਰਜ਼ੀ ਹੋ ਜਾਏ, ਅਸੀਂ ਵਿਆਹੀ ਕੁੜੀ ਦੇ ਨਾਲ ਸਾਫ਼ ਨਹੀਂ ਕਰਾਉਣਾ ਇਹਦਾ। ਚਲੋ ਠੀਕ ਹੈ ਭਾਬੀ, ਤੁਸੀਂ ਸਲਾਹ ਕਰ ਲਿਓ ਆਪਣੇ ਘਰ ਦੀ, ਆਪਣੇ ਘਰੇ, ਅਤੇ ਚਲੋ ਵੇਖ ਲਓ, ਦੱਸ ਦਿਓ ਫਿਰ। ਹੈ ਚਲੋ ਠੀਕ, ਠੀਕ ਹੈ ਜੀ, ਚੰਗਾ ਜੀ, ਚਲੋ ਠੀਕ ਆ। ਮੈਂ ਨਹੀਂ ਘੜੀ ਲੰਮੇ ਪੈਣਾ, ਜਾ ਕੇ ਥੱਕ ਗਿਆ ਬੈਠਾ ਬੈਠਾ। ਇਹਨੂੰ ਤਾਂ ਆਲਸ ਦੇ ਮਾਰਨ ਨੂੰ ਸੌਣ ਦੀ ਪਈ ਦਿੰਦੀ, ਬਸ ਕੰਮ ਕੁੰਮ ਨਹੀਂ ਇਹਨੇ ਕੋਈ ਵੇਖਣਾ ਹੁੰਦਾ। ਭਾਬੀ ਹਾਂ, ਜੇ ਕੁੜੀ ਚੰਗੀ ਆ, ਪੜ੍ਹੀ ਲਿਖੀ ਆ, ਤਾਂ ਇੱਕ ਵਾਰੀ ਵੇਖ ਲੈਂਦੇ ਹਾਂ। ਉਹ ਰਹਿਣ ਦੇ ਤੂੰ, ਇੰਨਾ ਸੋਹਣਾ ਸੁਨੱਖਾ ਦਿਓਰ ਵਾ, ਤੇ ਉਹ ਵਿਆਹ ਹੀ ਨਾ ਸਾਕ ਕਰਾ ਦੇਣਾ ਵਾ। ਤੇਰੇ ਵਾਸਤੇ ਮੈਂ ਆਪਣੀ ਰਿਸ਼ਤੇਦਾਰੀ 'ਚ ਵੇਖੂੰ ਕੋਈ ਸਾਕ, ਵਧੀਆ ਜਿਹਾ ਰਿਸ਼ਤਾ ਕਰਾਉਂਗੀ ਮੈਂ ਤੇਰਾ ਕੁਆਰੀ ਕੁੜੀ ਨਾਲ। ਕੁਆਰੀ ਮੈਨੂੰ ਕਿਸੇ ਨੇ ਦੇਣੀ ਨਹੀਂ ਆ, ਅਤੇ ਵਿਆਹ ਹੀ ਨਾ ਇੰਨੇ ਨਹੀਂ ਹੋਣ ਦੇਣਾ। ਮੈਂ ਤਾਂ ਚੰਗਾ ਲੱਕੋਂ ਫਸਿਆ। ਕੀ ਸੋਚਣ ਲੱਗ ਗਿਆ ਹੁਣ? ਕੁਛ ਨਹੀਂ ਕੁਛ ਨਹੀਂ ਭਾਬੀ, ਕੁਛ ਨਹੀਂ। ਅੱਜ 5 ਤਰੀਕ ਆ, ਉੱਤੋਂ ਪਾਣੀ ਵੀ ਅੱਜ ਕੋਸਾ ਪਿਉਣ ਦੇ ਭਾਬੀ। ਭਾਬੀ ਮੇਰੇ ਕੋਲ ਅੱਜ ਪੈਸਾ ਪੂਸਾ ਨਹੀਂ ਆ ਕੋਈ ਵੀ। ਪੈਸੇ ਨਹੀਂ ਵੀ? ਅੱਜ ਤਾਂ 5 ਤਰੀਕ ਆ, ਤੇ ਤੇਰੀ ਤਨਖਾਹ ਕਿੱਥੇ ਗਈ ਆ? ਭਾਬੀ ਮੈਂ ਤਨਖਾਹ ਮਿਲੀ ਸੀ ਮੈਨੂੰ, ਮੈਂ ਡੀਲਰ ਨੂੰ ਜਮ੍ਹਾਂ ਕਰਾਇਆ। ਮੇਰੇ ਕੋਲ ਨਹੀਂ ਸਾਈਕਲ 'ਤੇ ਜਾਇਆ ਜਾਂਦਾ, ਮੈਂ ਇਹਨੂੰ ਮੋਟਰਸਾਈਕਲ ਲੈਣਾ। ਅੱਧੇ ਮੈਂ ਅਰਕਾ ਜਮ੍ਹਾਂ ਕਰਾਇਆ, ਅੱਧੇ ਮੈਂ ਅਗਲੀ ਵਾਲੀ ਦੇ ਦੇਣੇ ਆ। ਮੋਟਰਸਾਈਕਲ ਲੈਣਾ? ਸਾਈਕਲ ਨਾਲ ਤਾਂ ਸਰੀ ਜਾਂਦਾ, ਤੂੰ ਮੋਟਰਸਾਈਕਲ ਕੀ ਕਰਨਾ? ਮੇਰੇ ਕੋਲ ਨਹੀਂ ਪੈਂਡਲ ਮਾਰ ਮਾਰ ਕੇ ਜਾਇਆ ਜਾਂਦਾ, ਲੱਤਾਂ ਥੱਕ ਜਾਂਦੀਆਂ ਵਾ। ਮੈਂ ਹੁਣ ਮੋਟਰਸਾਈਕਲ 'ਤੇ ਜਾਣਾ ਕਰਨਾ ਆ। ਨਾਲੇ ਇੱਕ ਗੱਲ ਹੋਰ, ਮੈਂ ਬਾਬਾ ਕੋਲ ਐਡਵਾਂਸ ਪੈਸੇ ਲੈ ਕੇ ਨਾ ਇੱਕ ਬੈਠ ਕੇ ਤਿਆਰ ਕਰਾਉਣੀ ਆ, ਅਤੇ ਫਿਰ ਹੀ ਮੇਰਾ ਰਿਸ਼ਤਾ ਹੋਊਗਾ। ਇੱਦਾਂ ਮੈਨੂੰ ਕੁੜੀ ਕਿੰਨੇ ਦੇਣੀ ਆ? ਇੱਦਾਂ ਤਾਂ ਫਿਰ ਵਿਆਹੀਆਂ ਦੇ ਰਿਸ਼ਤੇ ਆਉਣਗੇ। ਹਾਏ ਹਾਏ, ਹੁਣ ਮੈਂ ਕੀ ਕਰੂੰਗੀ? ਜੇ ਸੱਚੀ ਵਿਆਹ ਕੇ ਲੈ ਆਇਆ ਤਾਂ ਮੇਰਾ ਤਾਂ ਕੰਮ ਔਖਾ ਹੋ ਜਾਣਾ। ਭਾਬੀ ਜੀ ਖੁਸ਼ਖਬਰੀ ਦੱਸਾਂ? ਕਾਦੀ? ਮੈਂ ਰਿਸ਼ਤਾ ਪੱਕਾ ਕਰਾਇਆ। ਓਏ ਕਿੱਥੇ ਕਰਾਇਆ ਵਾ? ਉਹ ਜਿਹੜਾ ਮੁੰਡਾ ਆਇਆ ਸੀ ਨਾ ਉਦਣ, ਉਹਨੇ ਮੇਰੇ ਰਿਸ਼ਤੇ ਦੀ ਗੱਲ ਪੱਕੀ ਕਰ ਦਿੱਤੀ ਆ। ਅਗਲੇ ਮਹੀਨੇ ਵਿਆਹ ਹੀ ਉਹ, ਹੁਣ ਇਹੀ ਚੁੰਨੀ ਚੜਾ ਕਰਨਾ, ਖਰਚਾ ਨਹੀਂ ਜ਼ਿਆਦਾ ਕਰਨਾ। ਤੂੰ ਹੁਣ ਕਰ ਤਿਆਰੀਆਂ ਵਿਆਹ ਦੀਆਂ। ਹੈਂ, ਵਿਆਹ ਦੀਆਂ ਤਿਆਰੀਆਂ ਮੈਂ ਕਾਦੀਆਂ ਕਰਨੀਆਂ? ਇਹ ਮੇਰੀ ਜਾਨ ਨੂੰ ਹੋਰ ਸਿਆਪਾ ਪਾ ਗਿਆ। ਕੀਤਾ ਅਗਲੀ ਕਿਹੋ ਜਿਹੀ ਆਉਣੀ ਹੁਣ? ਅਲੇ ਪਾਣੀ ਪੀ ਲਾ ਭਾਬੀ। ਪਾਣੀ? ਪਾਣੀ ਤੇ ਭਾਬੀ ਪੀ ਲਿਆ। ਪਾਣੀ ਤੂੰ ਕਿੱਥੋਂ ਪੀ ਲਿਆ? ਮੈਂ ਤਾਂ ਹੁਣ ਲਿਆਂਦਾ ਕੋਸਾ ਕਰਕੇ। ਭਾਬੀ ਮੇਰੀ ਘਰਵਾਲੀ ਨੇ ਪਿਆਇਆ ਮੈਨੂੰ, ਹੋਰ ਕਿੰਨੇ ਪਿਆਉਣਾ ਸੀ? ਨਾਲੇ ਹੁਣ ਸਾਡੀ ਵੀ ਤਰੱਕੀ ਹੋ ਗਈ ਆ, ਹੁਣ ਤੇ ਸਾਡੀ ਵੀ ਰੋਟੀ ਪਕਾਉਣ ਵਾਲੀ ਆ ਗਈ ਆ। ਠੀਕ ਆ ਠੀਕ ਆ, ਪੀਓ ਦੇ ਹੱਥ ਦਾ ਪਾਣੀ।
ਪਹਿਲਾਂ ਤਾਂ ਮੈਂ ਕਿਹਾ ਪਾਣੀ ਲਿਆਉਂਦੀ ਰਹੀ ਹਾਂ, ਮੇਰੇ ਹੱਥ ਦੀ ਰੋਟੀ ਖਾਂਦਾ ਰਿਹਾ ਵਾਂ। ਅੱਜ ਤੇਰੀ ਘਰ ਵਾਲੀ ਹੈਗੀ ਆ ਅਤੇ ਤੈਨੂੰ ਗੱਲਾਂ ਆਉਂਦੀਆਂ, ਉਹਦੇ ਕੋਲ ਪੀਆ ਕਰ ਫਿਰ ਪਾਣੀ। ਓਹੋ ਠੰਡ ਹੀ ਬੜੀ ਲੱਗੀ ਜਾਂਦੀ ਆ, ਇੱਕ ਰਜਾਈਆਂ ਵੀ ਇਸ ਵਕਤ ਹੀ ਚੁੱਕ ਦਿੰਦੀ ਆ। ਹਾਏ ਹਾਏ ਰਜਾਈ ਬੜੀ ਦੂਰ ਪਈ ਆ ਤੇ ਆਏ ਆਈ ਮੇਰੀ ਲੱਤ। ਆਏ ਹਾਏ ਹੋ ਕੀ ਹੋਇਆ ਲੱਤ ਨੂੰ? ਆਏ ਕੀ ਗੱਲ ਆ? ਉਹ ਕੁਛ ਨੀ, ਓਦਾਂ ਹੀ ਮਾੜੀ ਜਿਹੀ ਨਾੜ ਤੇ ਨਾੜ ਚੜ ਗਈ ਸੀ। ਆਏ ਹਾਏ ਮੈਂ ਕਿਹਾ ਪਤਾ ਨੀ ਕੀ ਹੋ ਗਿਆ ਉਹਨਾਂ ਲੱਤ ਨੂੰ, ਆਲਸੀ ਜਾ ਕਿਤੇ ਜਾੜ ਕੇ ਕੰਮ ਕੁੰਮ ਕਰ ਲਾ। ਚਲੋ ਨਾ ਆਈਆਂ ਦੇ ਇੱਥੋਂ ਰਜਾਈ ਫੜਾ ਦੇ, ਵੇਖ ਲਾ ਚੁੱਕ ਕੇ। ਮੇਰੇ ਕੋਲ ਨਹੀਂ ਲਿਆਂਦੀ ਜਾਂਦੀ ਰਜਾਈ, ਉਹ ਨਿੱਕਾ ਵੇਲਾ ਸਵੇਰ ਦਾ ਗਿਆ ਕੰਮ ਤੇ, ਆਪੇ ਉੱਠ ਕੇ ਲਾਇਆ ਰਜਾਈ, ਮੇਰੇ ਕੋਲ ਨਹੀਂ ਲਿਆਂਦੀ ਜਾਂਦੀ, ਆਲਸੀ ਜਾ ਕਿਤੇ, ਨਾ ਕੋਈ ਕੰਮ ਕਰਨਾ ਨਾ ਕੋਈ। ਤੂੰ ਕਿਹੜਾ ਸਪੈਸ਼ਲ ਆਈ, ਹੁਣ ਆਈ ਆ ਤੇ ਫੜਾ ਜਾ ਰਜਾਈ, ਮੈਂ ਨਹੀਂ ਦੇਣੀ। ਆਏ ਹਾਏ ਇਦਾਂ ਹੀ ਪੈਣਾ ਪੈਣਾ ਲੋਈ ਚ। ਮਿੰਜਸੀ ਹਾਂਜੀ ਹਾਸਾ ਕਿੱਧਰ ਲੈ ਕੇ ਚੱਲੀ ਆ? ਕਿੱਧਰ ਲੈ ਕੇ ਜਾਣਾ, ਆਪਣੇ ਘਰ ਵਾਲੇ ਦੇਣ ਲੱਗੀ ਆ ਰੋਟੀ, ਇਹ ਤੇ ਮੈਂ ਆਪਣੇ ਵਾਸਤੇ ਰੱਖਿਆ, ਮੈਂ ਰੋਟੀ ਲੱਗੀ ਖਾਣ। ਜਿਹੜਾ ਕਮਾ ਕੇ ਲਿਆਂਦਾ, ਜਿਹਦੇ ਸਿਰ ਤੇ ਸਾਰਾ ਘਰ ਚੱਲਦਾ, ਪਹਿਲਾਂ ਉਹਨੂੰ ਦੇ ਦੇ ਮੈਂ ਰੋਟੀ। ਜਿੰਨਾ ਸ਼ੌਂਕ ਨਾ ਵਧੀਆ ਵਧੀਆ ਸਬਜ਼ੀ ਖਾਣ ਦਾ, ਆਪਣੇ ਘਰ ਵਾਲੇ ਨੂੰ ਬੋਲੋ ਕਮਾਏ ਤੇ ਲਿਆਏ, ਤੇ ਪਤਾ ਚੱਲੇ ਕਿਵੇਂ ਕਮਾਈਦਾ। ਅੰਦਰ ਚਾਰ ਪਿਆ ਉਹਦੇ ਨਾਲ ਖਾ ਲਓ ਰੋਟੀ। ਜਦੋਂ ਦੀ ਇਹ ਆਈ ਹੈ ਨਾ, ਮੇਰੇ ਤੇ ਘਰ ਵਿੱਚ ਇੱਜ਼ਤ ਨਹੀਂ ਰਹੀ। ਵੇ ਸੋਨੂ, ਐਤਕੀ 6 ਤਰੀਕ ਹੋ ਗਈ ਆ ਤੇ ਤੂੰ ਤਨਖਾਹ ਨਹੀਂ ਦਿੱਤੀ ਮੈਨੂੰ। ਤਨਖਾਹ ਤੇ ਭਾਬੀ ਮੈਂ ਆਪਣੀ ਘਰ ਦੀ ਨੂੰ ਦੇ ਦਿੱਤੀ ਆ। ਘਰ ਦੀ ਨੂੰ ਤੇ ਮੈਂ ਦੁੱਧ ਵਾਲੇ ਨੂੰ ਪੈਸੇ ਦੇਣੇ ਆ, ਹੋਟੀ ਵਾਲਾ ਪੈਸੇ ਮੰਗਣ ਦਿਆ, ਕਿੱਥੋਂ ਦੇਣੇ ਹੁਣ ਮੈਂ? ਭਾਬੀ ਹੁਣ ਨਾ ਤੂੰ ਟੈਨਸ਼ਨ ਲਿਆ ਕਰ, ਇਹ ਹੁਣ ਸਾਰੇ ਕੰਮ ਮੇਰੀ ਘਰ ਦੀ ਨੇ ਕਰ ਲੈਣੇ ਕਰਨੇ ਆ। ਦੁੱਧ ਵਾਲੀ ਦੇ ਪੈਸੇ ਵੀ ਦੇ ਦੇਣੇ ਉਹਨੇ, ਕਰਿਆਨੇ ਵਾਲੇ ਵੀ ਦੇ ਦੇਣੇ ਆ। ਭਾਬੀ ਹੁਣ ਤੁਰਮਾ ਨਾ ਬਹਿ ਕੇ ਨਾ ਐਸ਼ ਕਰਿਆ ਕਰ। ਫਿਰ ਯਾਰ ਸੱਚੀ ਚੱਲ ਚੱਲੀ ਆ ਤੇ ਸੱਚੀ ਜਾਣਾ, ਔਰ ਮੈਂ ਕੀ ਕਰਨਾ ਵਾ? ਨਹੀਂ ਨਹੀਂ ਰਹਿਣ ਦੇ, ਤੂੰ ਕਿਤੇ ਨਹੀਂ ਜਾਣਾ। ਨਹੀਂ ਮੈਂ ਜਾਣਾ ਵਾ। ਨਹੀਂ ਨਹੀਂ ਮੈਂ ਕਹਿਣਾ ਮੈਂ ਜਾਣਾ ਹੀ ਜਾਣਾ। ਨਹੀਂ ਨਹੀਂ ਕੰਮ ਕੋਈ ਕਰਦਾ ਨਹੀਂ ਤੂੰ, ਕਿਤੇ ਨਹੀਂ ਜਾਣਾ, ਤਰੇ ਰੱਖ ਨੂੰ। ਮੈਂ ਚੱਲੀ ਆ ਬਸ, ਮੈਨੂੰ ਨਹੀਂ ਪਤਾ ਮੈਂ ਨਹੀਂ ਇੱਥੇ ਰਹਿਣਾ। ਨਹੀਂ ਮੈਂ ਕਹਿਣਾ ਕਿਤੇ ਨਹੀਂ ਜਾਣਾ, ਰਹਿਣ ਦੇ। ਜੇ ਕੰਮ ਕਰੇਗਾ ਮੈਂ ਫੇਰ ਰੁਕਣਾ ਹੀ, ਕਰ ਲਿਆ ਕਰੂੰਗਾ ਕੰਮ। ਪੱਕਾ? ਪੱਕਾ। ਦੇਖ ਅੱਗੇ ਗੱਲ ਹੋਰ ਹੀ, ਅੱਗੇ ਨਿੱਕਾ ਹੈਗਾ ਸੀ ਕੁਆਰਾ ਤੇ ਉਹ ਫੇਰ ਵੀ ਘਰ ਦਾ ਗੁਜ਼ਾਰਾ ਸਾਰਾ ਮੇਰੇ ਕੋਲ ਚੱਲ ਜਾਂਦਾ ਸੀ, ਹੁਣ ਉਹ ਵਿਆਹਿਆ ਗਿਆ ਵਾ ਤੇ ਸਾਰਾ ਕੁਝ ਹੁਣ ਨਿੱਕੀ ਦੇ ਹੱਥ ਹੁੰਦਾ ਵਾ, ਤੇ ਮੇਰੇ ਕੋਲ ਉਹਦੇ ਕੋਲ ਬੇਇੱਜ਼ਤੀ ਨਹੀਂ ਕਰਾਈ ਜਾਂਦੀ ਹੈਗੀ, ਪੈਸੇ ਨਾਲ ਇੱਜ਼ਤ ਹੁੰਦੀ ਆ, ਉਹ ਦੋਵੇਂ ਜਾਣੇ ਆਪਣੇ ਕਮਾਉਂਦੇ ਤੇ ਖਾਂਦੇ ਆ ਨਾ, ਹੁਣ ਮੈਂ ਉਹਨਾਂ ਦੇ ਮੂੰਹ ਵੱਲ ਵੇਖਦੀ ਰਿਹਾ ਕਰਾਂ। ਤੂੰ ਵੀ ਆਪਣੀ ਕਮਾਈ ਸ਼ੁਰੂ ਕਰ, ਫਿਰ ਮੈਂ ਰਹਿਣਾ ਘਰ ਵਿੱਚ, ਮੇਰੇ ਕੋਲ ਆਪਣੀ ਬੇਇੱਜ਼ਤੀ ਨਹੀਂ ਕਰਾਈ ਜਾਂਦੀ ਇੱਥੇ। ਠੀਕ ਹੈ ਮੈਂ ਕਰਿਆ ਕਰੂੰਗਾ ਕੰਮ, ਹੁਣ ਪੱਕਾ ਕੱਲ ਨੂੰ ਕੰਮ ਤੇ ਹੋਣਾ ਚਾਹੀਦਾ। ਚਲ ਆ ਜਾ, ਮੈਂ ਸੋਨੂ ਨੂੰ ਵੀ ਤੇਰੇ ਸਾਹਮਣੇ ਕਹਿ ਦੇਣਾ ਵੀ ਮੈਂ ਕੰਮ ਕਰਿਆ ਕਰੂੰਗਾ, ਏਦਾਂ ਨਹੀਂ ਹੁਣ ਮੈਂ ਰਹਿਣਾ ਕਰਨਾ, ਠੀਕ ਆ? ਚੱਲ। ਅੱਛਾ ਸੋਨੂ ਆ ਗੱਲ ਸੁਣ ਲਾ, ਹੁਣ ਮੈਂ ਚੱਲੀ ਸੀ ਪੇਕੇ, ਤੂੰ ਵੀ ਤੇਰਾ ਹੁਣ ਫਿਰ ਕਹਿੰਦਾ ਮੈਂ ਕੰਮ ਕਰਿਆ ਕਰੂੰਗਾ, ਕਿੱਦਾਂ ਭਰੋਸਾ ਕਰਾਂ ਹੁਣ ਮੈਂ ਇੱਥੇ? ਭਰੋਸਾ ਕਰ ਲਓ ਹੁਣ ਮੇਰੇ ਤੇ, ਮੈਂ ਜਦੋਂ ਕਹਿ ਤਾ ਵੀ ਹੁਣ ਮੈਂ ਕੰਮ ਕਰਿਆ ਕਰੂੰਗਾ, ਪਹਿਲਾਂ ਤਾਂ ਚੱਲ ਅਸੀਂ ਇਕੱਲੇ ਸੀਗੇ ਤੇ ਸਰਦਾ ਜਾਂਦਾ ਸੀ ਸਾਰਾ ਕੰਮ, ਹੁਣ ਸੋਨੂ ਦਾ ਵੀ ਆਪਣਾ ਪਰਿਵਾਰ ਆ, ਉਹਨੇ ਆਪਣਾ ਪਰਿਵਾਰ ਵੀ ਵੇਖਣਾ ਆ, ਸਾਨੂੰ ਥੋੜ੍ਹੀ ਪਾਲਦੇ ਰਹਿਣਾ ਉਹਨੇ। ਪੱਕਾ ਯਾਰ ਮੈਂ ਹੁਣ ਵਾਅਦਾ ਕਰਦਾ, ਪੱਕਾ ਕੰਮ ਕਰਿਆ ਕਰੂੰਗਾ ਹੁਣ।
चलो ठीक है भाभी, मैं तो खुद चाहती कि आपां इकट्ठे रहिए, नाल जिहड़ा भी हुंदा पिया सी ना पिछले दिनों तो वो आपां जानबूझ के करदे पए सी। मैं इन्हां नूं सलाह दित्ती सी कि आपां कुछ करदे, नहीं तां भाजी होरां नूं तां एहसास नहीं होना जे दोनों जी कमावांगे तां ही घर चलना आ। नहीं हुण आपां पक्का रल मिल के करिया करांगे, दिहाड़ी ते वी हुण मैं रोज़ जाया करूँगा। टेंशन ना लै, साढ़े ना सैलर ते एक बंदे दी जगह हैगी आ, मैं सवेरे बाऊ नाल गल करके ना तुहानूं उत्थे एडजस्ट कराउणा, फिर आपां इकट्ठे वीर जाया करांगे सिरसरे मोटरसाइकल ते। लै जे इहदे नाल दी गल बन जे फिर घाटा ही कहदा आ, नाले मैनूं वी रोज़ रोज़ कम ना लभणा पिया करूगा, इक्को थां टेके जाया करूँगा। चल आपां इकट्ठे जाया करांगे। हाँ जी, जे तुहानूं वीडियो वधिया लगी आ तां वीडियो नूं लाइक कमेंट ते शेयर जरूर करियो, ते अपना इसे तरह वीडियोज़ नूं प्यार दिंदे रहो, तुहाडे वास्ते इसे तरह दीआं होर वधिया वधिया वीडियोज़ लैके आउंदे रहांगे। ते अपना एक गल तुहाडे नाल होर करनी सीगी कि जे किसे दे कोल ना कोई वधिया जिहा कंसैप्ट हैगा आ वीडियो बनाउण वास्ते, ते उह साडे नाल शेयर जरूर करिया करो जां कमेंट कर दिया करो, ते जां फिर साडा ना इंस्टाग्राम ते नंबर हैगा आ, उस उत्थों नंबर लैके तुसीं व्हाट्सएप ते वी साडे नाल अपनी स्टोरी शेयर कर सकदे जे, ते इंस्टा ते भी सानू सारे जने फॉलो कर लियो। साडी इंस्टाग्राम आईडी आ tajinder.sandeep, इत्थे किते मैं स्क्रीनशॉट भी दे दिंदा वा इंस्टा आईडी दा, उत्थों सारे जने देख लियो, ते स्टोरी सारे जने जरूर शेयर करियो कि किस तरह दा कंसैप्ट अगे असीं लै के आईए। ते बाकी वीडियो विच कोई कमी पेशी रह गई होवे ते उह थल्ले कमेंट करके जरूर सुजैसट करिया करो कि आह तुहाडी वीडियो विच कमी सीगी, क्योंकि सारा कुछ जिहड़ा उह तुहाडे सिर ते ही चलदा आ। जिद्दां मान लो तुसीं कोई कमी दसोगे तां ही सानूं पता लगेगा कि आह चीज़ की कमी है वीडियो में, इतों फिर आपां होर इंप्रूव करन की कोशिश करांगे। तो ये सारियां गल्लां तुसीं साडा साथ देना है, तो इस तरह चैनल ते सपोर्ट करते रहना है, तो इस तरह चैनल में सपोर्ट करते रहो। चंगा जी, सारयां नूं सत श्री अकाल जी।